बहुत ही सत्कारयोग दोस्तों थोड़ा सारे का बहुत बहुत धन्यवाद। आज दी मीटिंग विच बड़े अहम फैसले असी कीते है। एक साल तो असी तैयारी कर रहे सी पानियां दे मुद्दियां ते फैडरल सिस्टम ते एनवायरमेंट दे उत्ते अंदोलन करन दी। तुहानू याद होएगा 5 अगस्त नू असी पिछले साल वड्डा कट करके सरकार नू नोटिस दिता सी। इतफाक नाल उते बाद जीरा मोर्चा जिहड़ा सी ओह बहुत सरगर्म हो गया, असी उहदे विच उलझ गए। ते फिर जदों असी 17 जनवरी की डेट रखी उस वेले फिर इत्थे बंदी सिंघां की रिहाई का मोर्चा सरगर्म हो गया, तो उहदे नाल भी असी उहनूं फिर सपोर्ट दित्ती फिलहाल उस वेले असी फैसला किया सी कि इहनूं फिलहाल सस्पेंड कर दिता जाए, इहनां मोर्चा तो बाद इह अंदोलन किया जाए। तो हुण असी फैसला किया भी 5 अगस्त नूं इत्थे एक वड्डा कट करके सरकार नूं फिर नोटिस दे के वह मोर्चा जिहड़ा है शुरू किया जाएगा। पानिया के मुद्दे ते फैडरल सिस्टम ते एनवायरमेंट ते ये तिना इशूज के उत्ते असी नवे सिरे तो नोटिस दे के सरकार नूं पानिया के मुद्दे ते मोर्चा जिहड़ा वो शुरू करन जा रहे हैं। और उहदे लई असी तैयारी करन वास्ते ये भी किया भी असी 15 जून नूं इत्थे एक मीटिंग होएगी जिहदे विच पंजाब दे वख-वख ਜ਼ਿਲ੍ਹਿਆਂ ਦੇ ਵਿੱਚ ਕੋਈ 10 ਕੁ ਵੱਡੀਆਂ ਕਾਨਫਰੰਸਾਂ ਕਰਕੇ ਇਹ ਮੋਰਚੇ ਦੀ ਤਿਆਰੀ ਕਰਾਂਗੇ। ਔਰ ਇਹ ਵੀ ਅੱਜ ਦੀ ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਹੈ ਵੀ ਜਿਹੜਾ ਸਰਕਾਰ ਨੇ MSP ਡਿਕਲੇਅਰ ਕੀਤੀ ਹੈ, MSP ਬਿਨਾਂ ਪ੍ਰੋਕਿਊਰਮੈਂਟ ਤੋਂ ਉਹਦਾ ਮਤਲਬ ਕੋਈ ਨਹੀਂ, ਤੁਸੀਂ ਕੁਛ ਵੀ ਅਨਾਊਂਸ ਕਰ ਦਿਓ, ਜੇ ਖਰੀਦ ਨਹੀਂ ਕਰਨੀ ਤਾਂ ਉਹਦਾ ਕੋਈ ਮਕਸਦ ਨਹੀਂ ਰਹਿ ਜਾਂਦਾ। ਔਰ ਜਿੰਨੀ ਦੇਰ ਤੱਕ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਮੁਤਾਬਕ MSP ਤੈਅ ਨਹੀਂ ਹੁੰਦੀ, ਕਿਸਾਨਾਂ ਦਾ ਕੁਝ ਸੌਰਨਾ ਨਹੀਂ, ਅਸੀਂ ਇਹਨਾਂ ਸਰਕਾਰ ਵੱਲੋਂ ਜਿਹੜੀ MSP ਤੈਅ ਕੀਤੀ ਹੋਈ ਹੈ ਉਹਨੂੰ ਰੱਦ ਕਰਦੇ ਹਾਂ। ਇਹ ਵੀ ਅੱਜ ਡਿਸਕਸ ਕੀਤਾ ਹਰਿਆਣੇ ਦੇ ਵਿੱਚ ਜਿਸ ਤਰ੍ਹਾਂ MSP ਮੰਗਦੇ ਕਿਸਾਨਾਂ 'ਤੇ ਲਾਠੀਚਾਰਜ ਹੋਇਆ, ਉਹਨਾਂ ਨੂੰ ਜੇਲ੍ਹਾਂ 'ਚ ਸੁੱਟਿਆ ਗਿਆ, ਉਹਦੀ ਅਸੀਂ ਨਿੰਦਾ ਹੀ ਨਹੀਂ ਕਰਦੇ। ਅਸੀਂ ਉਹਨਾਂ ਕਿਸਾਨਾਂ ਦੇ ਨਾਲ ਹਾਂ, ਜੋ ਪ੍ਰੋਗਰਾਮ ਅਗਲਾ ਉਡੀਕਿਆ ਜਾਊਗਾ ਸਾਰੇ ਮਿਲਣਗੇ, ਅਸੀਂ ਉਹਦੇ ਵਿੱਚ ਨਾਲ ਸ਼ਾਮਿਲ ਹੋਵਾਂਗੇ। ਅਤੇ ਇਹ ਵੀ ਜਿਹੜੇ ਹੈਗੇ ਦਿੱਲੀ ਵਿੱਚ ਪਹਿਲਵਾਨਾਂ ਦਾ ਜਿਹੜਾ ਮੋਰਚਾ ਚੱਲਦਾ, ਅਸੀਂ 2 ਵਾਰ ਉੱਥੇ ਜਾ ਵੀ ਆਏ ਵੱਡਾ ਇਕੱਠ ਕਰਕੇ ਲੈ ਕੇ ਮੋਰਚੇ ਦੀ ਹਮਾਇਤ ਲਈ। ਉਹ ਜਦੋਂ ਵੀ ਸਾਨੂੰ ਕਹਿਣ ਗਏ ਅਸੀਂ ਉਸ ਮੋਰਚੇ ਦੇ ਵਿੱਚ ਉਹਨਾਂ ਦੀ ਮਦਦ ਲਈ ਫਿਰ ਵੀ ਜਾਵਾਂਗੇ। ਅਤੇ ਇੱਕ ਨਵਾਂ ਮੁੱਦਾ ਨਸ਼ਹਿਰਾ ਪੰਨੂਆਂ 'ਚ ਤਰਨ ਤਾਰਨ ਜ਼ਿਲ੍ਹੇ 'ਚ ਲਾਲਜੀਤ ਭੁੱਲਰ ਮੰਤਰੀ ਨੇ ਇਹਨਾਂ ਨੇ ਉੱਥੇ ਇਕੱਠ ਕਰਕੇ ਗੁੰਡਾਗਰਦੀ ਕੀਤੀ ਹੈ। ਜਿਹੜੇ ਕਿਸਾਨ ਸੀ ਧਰਨੇ 'ਤੇ ਬੈਠੇ ਉਹਨਾਂ ਦੇ ਪੁਤਲੇ ਫੂਕ ਕੇ ਉਹਨਾਂ ਨੂੰ ਪ੍ਰਵੋਕ ਕਰਨ ਦੀ ਕੋਸ਼ਿਸ਼ ਕੀਤੀ ਵੀ ਕੋਈ ਝਗੜਾ ਹੋਵੇ, ਸ਼ਾਂਤੀ ਰਹਿ ਗਈ ਸਾਡੇ ਆਗੂਆਂ ਦੀ ਥਰਮੇ ਦੀ ਵਜ੍ਹਾ ਕਰਕੇ, ਤੋ ਉਹਦੀ ਅਸੀਂ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ। ਅਤੇ ਇਹ ਅੱਜ ਇਹੀ ਫੈਸਲੇ ਕੀਤੇ। ਔਰ ਇਹ ਹੈਗਾ ਜਿਹੜੀਆਂ ਕਾਨਫਰੰਸਾਂ ਨੇ ਉਹ 10 ਤੋਂ 20 ਜੁਲਾਈ ਦੇ ਦਰਮਿਆਨ ਸਾਰੇ ਪੰਜਾਬ ਵਿੱਚ ਕੀਤੀਆਂ ਜਾਣਗੀਆਂ। ਹਾਂ ਅੱਛਾ, ਅਜੀਤ ਅਖਬਾਰ 'ਤੇ ਜਿਹੜਾ ਧੱਕਾ ਕੀਤਾ ਹੈ ਉਹਦੀ ਅਸੀਂ ਅਜੀਤ ਅਖਬਾਰ ਦੇ ਨਾਲ ਖੜ੍ਹੇ ਹਾਂ, ਔਰ ਉਹਦੀ ਅਸੀਂ ਸਖਤ ਸ਼ਬਦਾਂ ਵਿੱਚ ਨਿੰਦਾ ਦਾ ਵੀ ਮਤਾ ਪਾਸ ਕੀਤਾ ਹੈ ਸਾਰੀਆਂ ਜਥੇਬੰਦੀਆਂ ਨੇ। ਇਹ ਅੱਜ ਦੇ ਸਾਡੇ ਫੈਸਲੇ ਨੇ। ਹੁਣ ਤੁਸੀਂ ਤੁਹਾਡਾ ਕੋਈ ਸਵਾਲ ਹੈ? MSP ਸਰਕਾਰ ਕਾਨੂੰਨ ਬਣਾਏ ਵੀ ਜਿਹੜੀ MSP ਤੈਅ ਹੋ ਗਈ ਉਹ 'ਤੇ ਘੱਟ ਕੀਮਤ 'ਤੇ ਜੇ ਕੋਈ ਵਪਾਰੀ ਵੀ ਖਰੀਦੇ, ਕੋਈ ਵੀ ਖਰੀਦੇ, ਦੈਟ ਵਿਲ ਬੀ ਐਨ ਓਫੈਂਸ। ਉਨੀ ਦੇਰ ਤੱਕ MSP ਜੇ ਮਿਥਣ ਦਾ ਕੋਈ ਹੈ ਨਹੀਂ, ਕੋਈ ਰਹਿ ਨਹੀਂ ਜਾਂਦਾ ਕੁਛ। ਤੁਸੀਂ ਕਹਿ ਦਿਓ 10,000 ਮਿਤੀ ਖਰੀਦੇ ਕੋਈ ਹੈ ਨਾ, ਉਹਦਾ ਕੋਈ ਤੁੱਕ ਨਹੀਂ। ਔਰ ਜਦੋਂ ਉਹਨੂੰ ਇੰਪਲੀਮੈਂਟ ਨਹੀਂ ਠੀਕ ਤਰ੍ਹਾਂ ਕਰਨਾ ਉਹਦਾ ਕੋਈ ਮਕਸਦ ਨਹੀਂ। ਜਿੱਥੇ ਵੀ ਥਰੂ ਆਊਟ ਕੰਟਰੀ ਭਾਵੇਂ ਅਲੱਗ ਅਲੱਗ ਮੁੱਦੇ ਨੇ, ਪਰ MSP ਤਾਂ ਸਰਕਾਰ ਕੇਂਦਰ ਸਰਕਾਰ ਤੈਅ ਕਰਦੀ ਹੈ ਨਾ। ਹਰ ਸਟੇਟ ਦੀ ਕਿਸੇ ਨਾ ਕਿਸੇ ਪ੍ਰੋਡਿਊਸ ਦੀ MSP ਹੈ, ਪਰ MSP ਖਰੀਦ ਨਹੀਂ ਕਰਦੇ ਜਦੋਂ, ਫਿਰ ਉਹਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਨਹੀਂ ਨਹੀਂ ਨਹੀਂ, ਨੈਸ਼ਨਲ ਲੈਵਲ 'ਤੇ ਤੈਅ ਹੁੰਦੀ ਹੈ, ਨੈਸ਼ਨਲ ਲੈਵਲ 'ਤੇ ਕਰਦੇ। ਸਟੇਟਾਂ ਨੇ ਕਦੀ ਤੈਅ ਉਹ ਬੜੀ ਦੇਰ ਦੇ ਸੁਣਦੇ ਆ, ਆਉਣ ਦਿਓ ਫਿਰ ਉਹਦੇ ਬਾਅਦ ਦੇਖਾਂਗੇ। ਨਹੀਂ ਹਾਲੇ ਜਿੰਨੀ ਦੇਰ ਉਹ ਲਿਆਉਂਦੇ ਨੇ ਅਸੀਂ ਕਹਿ ਸਕਦੇ ਹਾਂ, ਆਉਣ ਦੇ ਬਾਅਦ ਫਿਰ ਦੇਖਾਂਗੇ। ਰਾਜਵਾਲ ਸਾਹਿਬ ਇੱਕ ਜ਼ਿਕਰ ਚੱਲ ਰਿਹਾ ਜਿਵੇਂ ਤੁਸੀਂ ਕਹਿ ਰਹੇ ਹੋ ਕਿ
ਦੀ ਐਮ ਐਸ ਪੀ ਨੂੰ ਲੈ ਕੇ ਬੜੀਆਂ ਚਿੰਤਾਵਾਂ ਪਿਛਲੇ ਸਮੇਂ 'ਚ ਵੀ ਰਹੀਆਂ, ਪਰ ਜਿਸ ਤਰੀਕੇ ਨਾਲ ਕਾਰਪੋਰੇਟ ਘਰਾਣੇ ਦਾ ਜ਼ਿਕਰ ਚੱਲ ਰਿਹਾ ਜਾਂ ਤਿੰਨ ਕਾਨੂੰਨ ਆਏ ਸੀਗੇ, ਤਾਂ ਪੰਜਾਬ ਵਿੱਚ ਤਾਂ ਨਿੱਜੀ ਮੰਡੀਆਂ ਆਲਰੇਡੀ ਉਹਨਾਂ ਨੇ ਐਕਟਿਵ ਕਰ ਦਿੱਤੀਆਂ ਨੇ, ਸੈਲੂਨ ਕ੍ਰੀਏਟ ਕੀਤਾ ਸੀ ਉਹਨੂੰ ਸਰਕਾਰੀ ਮੰਡੀ ਤੱਕ ਦਾ ਨਾਮ ਦਿੱਤਾ, ਕਿਸਾਨ ਸੀ ਆਪਣੀ ਫਸਲ ਬੀਜ ਲੈਣ ਜਾ ਕੇ, ਤਾਂ ਉਹਨਾਂ ਹਾਲਾਤ 'ਚ ਜਿਸ ਤਰੀਕੇ ਤੁਸੀਂ ਐਮ ਐਸ ਪੀ ਦਾ ਨਹੀਂ, ਸਭ ਤੋਂ ਮੈਂ ਬੇਨਤੀ ਕਰਾਂ, ਖਰੀਦ ਸਾਰੀ ਸਰਕਾਰ ਨੇ ਕੀਤੀ ਹੈ, ਸਰਕਾਰ ਦੇ ਟੇਢੇ ਢੰਗ ਨਾਲ ਜਿਹੜੇ ਪ੍ਰਾਈਵੇਟ ਅਦਾਰੇ ਨੇ ਉਹਨਾਂ ਨੂੰ ਐਂਟਰ ਕਰਾਉਣ ਦੀ ਕੋਸ਼ਿਸ਼ ਹੈ, ਅਸੀਂ ਉਹ ਤੋਂ ਚੌਕਸ ਹਾਂ। ਜਿਸ ਤਰ੍ਹਾਂ ਉਹਨਾਂ ਨੇ ਅਡਾਨੀਜ਼ ਨੂੰ ਸਾਰੇ ਪੰਜਾਬ ਵਿੱਚ ਥਾਂ ਥਾਂ ਸਾਈਲੋ ਬਣਾਉਣ ਦੀ ਇਜਾਜ਼ਤ ਦਿੱਤੀ ਔਰ ਮੰਡੀ ਬੋਰਡ ਨੇ ਕਿਹਾ ਉਹਦੇ ਹਰ ਸਾਈਲੋ ਦੇ ਆਲੇ ਦੁਆਲੇ ਦੀਆਂ ਮੰਡੀਆਂ ਨੂੰ ਵੀ ਤੁਸੀਂ ਆਪਣਾ ਮਾਲ ਉੱਥੇ ਵਿਕਵਾਓ ਔਰ ਆੜ੍ਹਤੀਆਂ ਨੂੰ ਉੱਥੇ ਹੀ ਵਿਕਾਉਣ ਤੋਂ ਬਾਅਦ ਕਮਿਸ਼ਨ ਮਿਲ ਜੂ। ਮੰਡੀਆਂ ਤੋੜਨ ਦਾ ਇੱਕ ਉਪਰਾਲਾ ਹੈ, ਅਸੀਂ ਉੱਥੇ ਚੌਕਸ ਹਾਂ, ਜਦੋਂ ਸਾਡੀ ਮੰਡੀ ਤੋੜਨਗੇ ਅਸੀਂ ਉਹਦਾ ਡਟ ਕੇ ਵਿਰੋਧ ਕਰਾਂਗੇ, ਅਸੀਂ ਟੋਲਰੇਟ ਨਹੀਂ ਕਰਾਂਗੇ। ਰਾਜੇਵਾਲ ਸਾਹਿਬ, ਕੇਂਦਰ ਦੀ ਤਰਫੋਂ ਪਿਛਲੇ ਦਿਨਾਂ ਦੇ ਵਿੱਚ ਆਰਡੀਐਫ ਫੰਡ ਰੋਕਿਆ ਗਿਆ, ਭਗਵੰਤ ਮਾਨ ਸਰਕਾਰ ਕਹਿ ਰਹੀ ਕਿ ਅਗਰ ਇਹ ਫੰਡ ਰੁਕਦਾ ਹੈ ਜਾਂ ਇਸ ਨੂੰ ਬੰਦ ਕੀਤਾ ਜਾਂਦਾ ਹੈ ਤੇ ਮੰਡੀਕਰਨ ਵਿਵਸਥਾ ਪੰਜਾਬ ਦੀ ਖਤਮ ਹੋ ਜਾਏਗੀ, ਕਿਆ ਇਸ ਮੁੱਦੇ ਤੇ ਤੁਸੀਂ ਸਰਕਾਰ ਨਾਲ ਖੜੇ ਹੋ? ਮੈਂ ਇਹ ਆਲਰੇਡੀ ਇਹਦੇ ਉੱਤੇ ਇੱਕ ਲੇਖ ਲਿਖ ਚੁੱਕਾ, ਮੈਨੂੰ ਅਫਸੋਸ ਹੈ ਵੀ ਪੰਜਾਬ ਦੀ ਸਰਕਾਰ ਇੰਨੀ ਕਮਜ਼ੋਰੀ ਕਿਉਂ ਦਿਖਾ ਰਹੀ ਹੈ। ਐਗਰੀਕਲਚਰ ਔਰ ਐਗਰੀਕਲਚਰ ਮਾਰਕੀਟਿੰਗ ਸਟੇਟ ਸਬਜੈਕਟ ਹੈ, ਸਾਡੀ ਸਟੇਟ ਦੀ ਸਰਕਾਰ ਨੂੰ ਅਧਿਕਾਰ ਹੈ, ਉਹ ਕੋਈ ਵੀ ਟੈਕਸ ਲਾ ਸਕਦੀ ਹੈ, ਸੈਂਟਰ ਨੂੰ ਕੋਈ ਅਧਿਕਾਰ ਨਹੀਂ ਟੈਕਸ ਵਿੱਚ ਕੋਈ ਕਟੌਤੀ ਕਰਨ ਦਾ ਜਾਂ ਉਹਦੀ ਪੇਮੈਂਟ ਰੋਕਣ ਦਾ। ਉਹ ਵੀ ਇੱਕ ਵਪਾਰੀ ਹੈ ਜਦੋਂ ਸਾਡੇ ਕੋਲੋਂ ਸੈਂਟਰਲ ਪੂਲ ਵਾਸਤੇ ਅਨਾਜ ਖਰੀਦੀ ਹੈ, ਇਹ ਸਟੇਟ ਦੀ ਕਮਜ਼ੋਰੀ ਹੈ, ਡਟ ਕੇ ਸਟੈਂਡ ਨਹੀਂ ਲੈਂਦੇ, ਗੱਲਾਂ ਹੀ ਕਰੀ ਜਾਂਦੇ ਆ। ਇੱਕ ਰਾਜਵਾਲ ਸਾਹਿਬ, ਜਿਵੇਂ ਰਾਜਸਥਾਨ ਨੂੰ ਪਾਣੀ ਬਾਰੇ ਸਰਕਾਰ ਬੜੀ ਦੁੱਖ ਬੈਠੀ ਹੈ, ਤੁਸੀਂ ਕੁਝ ਹੋਏ ਨਹੀਂ ਹੁੰਦਾ? ਨਹੀਂ, ਉਹਦੇ ਵਿੱਚ ਸ਼ਾਇਦ ਮੇਰੇ ਕੋਲ ਰੋਜ਼ ਇਨਫੋਰਮੇਸ਼ਨ ਆਉਂਦੀ ਹੈ। ਇੱਕ ਸਾਡੇ ਜਿਹੜੇ ਸਾਡਾ ਯੂਨਿਟ ਆ, ਉਹਨਾਂ ਨੇ ਉੱਥੇ ਗੰਗਾ ਨਗਰ ਵਾਲੀ ਸੜਕ ਬਲੌਕ ਕਰਕੇ ਰੱਖੀ 49 ਦਿਨ, ਉਹਦੇ ਬਾਅਦ ਸੈਂਟਰਲ ਗਵਰਨਮੈਂਟ ਨੇ ਅਲੱਗ ਅਲੱਗ ਨਹਿਰਾਂ ਦੇ ਉੱਤੇ ਪਾਣੀ ਕਿੰਨਾ ਜਾਂਦਾ ਉਹਨੂੰ ਨਾਪਣ ਵਾਸਤੇ ਮਸ਼ੀਨਾਂ ਲਾਈਆਂ ਹੋਈਆਂ, 40 ਦਿਨ ਹਰ ਰੋਜ਼ ਉਹਦੀ ਰੀਡਿੰਗ ਲਈ ਜਾ ਰਹੀ ਹੈ, ਮੇਰੇ ਕੋਲ ਰੋਜ਼ ਉਹ ਸਾਡੇ ਬੰਦੇ ਰੀਡਿੰਗ ਭੇਜਦੇ ਆ। ਮੈਨੂੰ ਅਫਸੋਸ ਆ ਵੀ ਪੰਜਾਬ ਦਾ ਚੀਫ ਮਿਨਿਸਟਰ ਕਹਿੰਦਾ ਕੁਛ ਹੋਰ ਹੈ, ਪ੍ਰੈਕਟੀਕਲੀ ਕੁਛ ਹੋ ਰਿਹਾ। ਅਸਲ 'ਚ ਰਾਜਸਥਾਨ ਵਿੱਚ ਜਿਹੜੀ ਆਉਂਦੀ ਇਲੈਕਸ਼ਨ ਹੋਣੀ ਹੈ ਉਹਦੇ ਵਾਸਤੇ ਉੱਥੇ ਆਪਣੇ ਬੰਦਿਆਂ ਨੂੰ ਉਭਾਰਨ ਵਾਸਤੇ ਇਹਨਾਂ ਨੇ ਉਹਨਾਂ ਦੇ ਨਾਲ ਮੀਟਿੰਗ ਕਰਕੇ ਪਾਣੀ ਜਿਹੜਾ ਪੰਜਾਬ ਦਾ ਹੋਰ ਫਾਲਤੂ ਉਹਨਾਂ ਨੂੰ ਦਿੱਤਾ ਜਾ ਰਿਹਾ। ਜਿਵੇਂ ਕਈ ਨਹਿਰਾਂ ਦੇ ਵਿੱਚ 1500 ਕਿਊਸਿਕ ਰਾਜਸਥਾਨ ਨੂੰ ਪਾਣੀ ਜਾਣਾ ਚਾਹੀਦਾ, ਹਰ ਰੋਜ਼ 2600 ਤੋਂ 2800 ਕਿਊਸਿਕ ਪਾਣੀ ਜਾ ਰਿਹਾ, ਔਰ ਸਾਡੇ ਪੰਜਾਬ ਵਿੱਚ ਸਾਰੇ ਨਹਿਰਾਂ ਦੇ ਵਿੱਚ ਬੰਦੀ ਆ, ਹਾਲੇ ਕਿਸੇ ਪੱਕੀਆਂ ਕਰਨ ਲੱਗੇ ਨੇ, ਕਿਤੇ ਕੁਛ ਫਸਲ ਬਿਜਾਈ ਦਾ ਸਮਾਂ ਆ ਗਿਆ, ਕਿਸੇ ਨਹਿਰ 'ਚ ਕੋਈ ਪਾਣੀ ਹੈ ਨਹੀਂ। ਔਰ ਇਹ ਤੋਂ ਵੀ ਇੱਕ ਹੋਰ ਜਿਹੜੀ ਮਾੜੀ ਗੱਲ ਆ ਉਹ ਇਹ ਹੈ ਵੀ ਸਾਡੇ ਕੁਛ ਜ਼ਿਲ੍ਹੇ ਨੇ ਫਾਜ਼ਿਲਕਾ ਅਤੇ ਮੁਕਤਸਰ ਜਿੱਥੇ ਪੀਣ ਵਾਲਾ ਪਾਣੀ ਵੀ ਹੈ ਨਹੀਂ, ਉੱਥੇ ਉਹ ਨਹਿਰ ਦੇ ਪਾਣੀ ਨੂੰ ਘਰਾਂ 'ਚ ਲਿਜਾ ਕੇ ਆਰੋ ਨਾਲ ਸਾਫ਼ ਕਰਕੇ ਪੀਂਦੇ ਨੇ। ਜਿਹੜਾ ਧਰਤੀ ਵਾਲਾ ਪਾਣੀ ਹੈ ਉਹਨਾਂ ਦਾ ਪੀਣ ਦੇ ਲਾਇਕ ਹੈ ਨਹੀਂ, ਉਹਦੇ ਨਾਲ ਬਿਮਾਰੀਆਂ ਲੱਗਦੀਆਂ ਨੇ, ਅਤੇ ਉਹਨਾਂ ਨੂੰ ਸਿਰਫ 100 ਕਿਊਸਿਕ ਪਾਣੀ ਫਾਜ਼ਿਲਕਾ ਦੇ ਵਿੱਚ ਉਹਨਾਂ ਨੂੰ ਪੀਣ ਵਾਸਤੇ ਦਿੱਤਾ ਜਾਂਦਾ, ਉਹ ਵੀ ਪੂਰਾ ਨਹੀਂ। ਅਤੇ ਰਾਜਸਥਾਨ ਨੂੰ ਸਾਡੀ ਇੱਕ ਇੱਕ ਨਹਿਰ ਵਿੱਚ 1300-1300 ਕਿਊਸਿਕ ਪਾਣੀ ਫਾਲਤੂ ਜਾ ਰਿਹਾ, ਔਰ ਫਿਰ ਇਹ ਕਹਿੰਦੇ ਨੇ ਵੀ ਜੀ ਅਸੀਂ ਤਾਂ ਉਹ ਤਾਂ ਜੀ ਭਾਂਡਾ ਮੰਗਦੇ ਨੇ, ਭਾਂਡਾ ਨਹੀਂ ਮੰਗਦੇ ਉਹ। ਮੈਨੂੰ ਪਤਾ ਕਿੰਨਾ ਮੇਰੇ 'ਤੇ ਉਹਨਾਂ ਉੱਥੋਂ ਦੀਆਂ ਜਥੇਬੰਦੀਆਂ ਵੱਲੋਂ ਦਬਾਅ ਪਾਇਆ ਗਿਆ ਵੀ ਸਾਨੂੰ 1250 ਕਿਊਸਿਕ ਪਾਣੀ ਹੋਰ ਲੈ ਲੈਣ ਦੋ ਜੀ ਬਿਜਾਈ ਤੋਂ ਬਾਅਦ। ਮੈਂ ਕਿਹਾ ਵੀ ਸਾਡੇ ਕੋਲ ਆਪਣੇ ਕੋਲ ਹੈ ਨਹੀਂ, ਅਸੀਂ ਕਿਸੇ ਨੂੰ ਕਿਵੇਂ ਦੇ ਦਾਂਗੇ? ਤੋ ਸਾਡਾ ਚੀਫ ਮਿਨਿਸਟਰ ਲੋਕਾਂ ਨੂੰ ਸਹੀ ਇਨਫੋਰਮੇਸ਼ਨ ਨਹੀਂ ਦੇ ਰਿਹਾ, ਪਾਣੀ ਪੰਜਾਬ ਦਾ ਫਾਲਤੂ ਜਾ ਰਿਹਾ, ਇਕੱਲੇ ਪੰਜਾਬ ਨੂੰ ਨਹੀਂ ਜਾ ਰਿਹਾ, ਹਰਿਆਣੇ ਨੂੰ ਵੀ ਜਾ ਰਿਹਾ। ਇਸ ਮੁੱਦੇ 'ਤੇ ਹੀ ਸਾਡੀ ਲੜਾਈ ਹੈ ਵੀ ਪਾਣੀ ਜਿਹੜਾ ਸਟੇਟ ਸਬਜੈਕਟ ਹੈ, ਸਾਡੇ ਜਿਹੜੇ ਦਰਿਆ ਨੇ ਨਾ ਤਾਂ ਇਹ ਇੰਟਰਸਟੇਟ ਰਿਵਰਸ ਨੇ, ਨਾ ਕੋਈ ਸਟੇਟ ਰਾਈਪੇਰੀਅਨ ਸਟੇਟ ਹੈ। ਪਹਿਲਾਂ ਇਹ ਡਿਸਾਈਡ ਹੋਵੇ ਪਾਣੀ ਦਾ ਮਾਲਕ ਕੌਣ ਹੈ। ਕੰਸਟੀਟਿਊਸ਼ਨ ਕਹਿੰਦਾ ਪਾਣੀ ਦੇ ਤਿੰਨਾਂ ਦਰਿਆਵਾਂ ਦੇ ਪਾਣੀ ਦਾ ਮਾਲਕ ਪੰਜਾਬ ਹੈ। ਜੇ ਪੰਜਾਬ ਮਾਲਕ ਹੈ, ਮਾਲਕ ਨੂੰ ਬਿਨਾਂ ਪੁੱਛੇ ਪਾਣੀ ਕਿਸੇ ਨੂੰ ਕਿਉਂ? ਐਗਰੀਮੈਂਟ ਕੀਤੇ ਗਏ ਜਿਹੜੇ ਪਿੱਛੇ ਗਏ ਅਨਕੰਸਟੀਟਿਊਸ਼ਨਲ ਸੀ, ਦਬਾਅ ਨਾਲ ਕੀਤੇ ਹੋਏ ਸੀ, ਉਹਦੇ ਲਈ ਉਹ ਅਸੀਂ ਮੋਰਚਾ ਲਾਉਣਾ। ਦੇਖੋ, ਇੰਟਰਨੈਸ਼ਨਲ ਪ੍ਰਿੰਸੀਪਲਸ ਨੇ, ਕੁਛ ਕਾਨੂੰਨ ਨੇ, ਕਿਸੇ ਦਰਿਆ ਦਾ ਰੁੱਖ ਨਹੀਂ ਬਦਲਿਆ ਜਾ ਸਕਦਾ। ਮੈਂ ਸਮਝਦਾ ਵੀ ਇਹ ਇੱਕ ਕੋਈ ਸਿਆਸੀ ਲੜਾਈ ਕਰਾਉਣ ਵਾਸਤੇ, ਮਾਹੌਲ ਖਰਾਬ ਕਰਨ ਵਾਸਤੇ ਇੱਦਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ। ਜਿਹੜੀਆਂ ਇਹ ਮੀਟਿੰਗਾਂ ਦਾ ਜ਼ਿਕਰ ਮੀਡੀਆ 'ਚ ਸਾਨੂੰ ਸੁਣਨ ਨੂੰ ਮਿਲਦਾ, ਅਸੀਂ ਚਿੰਤਤ ਹਾਂ ਉਹਨਾਂ ਤੋਂ, ਮੁੱਖ ਮੰਤਰੀ ਹਰਿਆਣਾ ਅਤੇ ਮੁੱਖ ਮੰਤਰੀ ਹਿਮਾਚਲ, ਜਿਹੜੇ ਕਹਿੰਦੇ ਨੇ ਵੀ ਅਸੀਂ ਇਹਦੀ ਅਲਾਈਨਮੈਂਟ ਬਦਲ ਕੇ ਪਾਣੀ ਸਿੱਧਾ ਲੈ ਜਾਣਾ SYL ਦੇ ਨਾਂ 'ਤੇ ਹਰਿਆਣੇ ਦੇ ਵਿੱਚ। ਜੇ ਅੱਜ ਲੇਖਾ ਕੀਤਾ ਜਾਏ, ਇੱਕੋ ਹਰਿਆਣੇ ਦਾ ਹੱਕ ਬਣਦਾ ਪਾਣੀ ਦਾ,
ਜਿਹੜਾ ਰੀਆਰਗਨਾਈਜੇਸ਼ਨ ਐਕਟ ਦੇ ਮੁਤਾਬਕ ਉਦਾਂ ਤਾਂ ਉਹ ਰਾਈਪੇਰੀਅਨ ਨਹੀਂ ਹੈ ਨਾ ਇੰਟਰਸਟੇਟ ਰਿਵਰਸ ਨਹੀਂ, ਉਹਦਾ ਕੋਈ ਹੱਕ ਨਹੀਂ ਬਣਦਾ। ਉਦਾਂ ਤਾਂ ਜੇ ਸਾਡੇ ਸਾਡੇ ਕੋਲ ਉਹਨੇ ਪਾਣੀ ਲੈਣਾ ਤਾਂ ਰੀਆਰਗਨਾਈਜੇਸ਼ਨ ਐਕਟ ਦੇ ਵਿੱਚ ਹੈਗਾ ਵੀ 40-60 ਦੀ ਰੇਸ਼ੋ 'ਚ ਸਾਰੀ ਪ੍ਰੋਪਰਟੀ ਵੰਡੀ ਜਾਣੀ ਸੀ। ਅੱਜ ਹਰਿਆਣੇ ਨੂੰ 60% ਪਾਣੀ ਜਾ ਰਿਹਾ, 40% ਪੰਜਾਬ ਕੋਲ, ਉਹ ਵੀ ਰਾਜਸਥਾਨ ਨੂੰ ਹੋਰਨ ਕਿਹੜੇ ਢੰਗਾਂ ਨਾਲ ਜਾ ਰਿਹਾ, ਸਾਡੇ ਕੋਲ 40% ਵੀ ਨਹੀਂ ਆ ਰਿਹਾ ਅਤੇ ਪਾਣੀ ਉਹਨਾਂ ਨੂੰ ਦਿੱਤਾ ਜਾ ਰਿਹਾ। ਅਤੇ ਇਹ ਇੱਦਾਂ ਦੀਆਂ ਗੱਲਾਂ ਕਰਨਾ ਵੀ ਅਸੀਂ ਇਹਦਾ ਰੁੱਖ ਬਦਲ ਦਾਂਗੇ, ਹੇਠਲੀ ਉੱਤੇ ਆ ਜਾਓ। ਇਜਾਜ਼ਤ ਦੇਣੀ ਹੈ ਤਾਂ ਨਹਿਰ ਬਣੇਗੀ। ਸਾਨੂੰ ਅਫਸੋਸ ਹੈ ਜਿਹੜੀ ਹਾਂਸੀ ਬੁਟਾਨਾ ਨਹਿਰ ਬਣੀ ਉਹਦੀ ਅੱਜ ਤੱਕ ਕਿਸੇ ਤੋਂ ਪਰਮਿਸ਼ਨ ਨਹੀਂ ਲਈ ਗਈ। ਜੇ ਇਸ ਤਰ੍ਹਾਂ ਹੁਣ ਇਹ ਦੁਬਾਰਾ ਕਰਨਗੇ ਕਿ ਨਵਾਂ ਪ੍ਰੈਜ਼ੀਡੈਂਟ ਸੈੱਟ ਕਰਨਗੇ, ਇਹ ਸੰਵਿਧਾਨ ਦੇ ਉਲਟ ਹੋਏਗਾ, ਅਸੀਂ ਇਹਦੇ ਖਿਲਾਫ਼ ਲੜਾਂਗੇ। ਇੱਕ ਗੱਲ ਦੂਸਰੀ ਇਹ ਵੀ ਸਮਝ ਲੈਣਾ ਚਾਹੀਦਾ ਉਹਨਾਂ ਨੂੰ, ਜਿੰਨੀਆਂ ਮਰਜ਼ੀ ਉਹ ਮੀਟਿੰਗਾਂ ਕਰੀ ਜਾਣ, ਦਰਿਆਵਾਂ ਦੇ ਰੁੱਖ ਬਦਲਣ ਦਾ ਕਿਸੇ ਨੂੰ ਕੋਈ ਕਾਨੂੰਨੀ ਅਧਿਕਾਰ ਨਹੀਂ, ਉਹ ਨਹੀਂ ਬਦਲ ਸਕਣਗੇ। ਸਤਲੁਜ ਦਾ ਰੁੱਖ ਹੀ ਬਦਲ ਜਾਏਗਾ, ਜਿਹੜਾ ਉਹਦਾ ਨੈਚੁਰਲ ਫਲੋ ਹੈ ਉਹ ਬੰਦ ਹੋ ਜਾਏਗਾ, ਫਿਰ ਸਾਰਾ ਇੱਧਰ ਨੂੰ ਮੋੜ ਲੈਣਗੇ। ਇਹਦਾ ਮਤਲਬ ਪੰਜਾਬ ਦੇ ਪੱਲੇ ਤਾਂ ਕੁਛ ਵੀ ਨਹੀਂ ਰਹਿਣਾ। ਇਹ ਵੱਡੀ ਲੜਾਈ ਹੈ ਹੁਣ ਜਾ ਰਹੀ, ਜਿਹਦੇ ਵਾਸਤੇ ਅਸੀਂ ਇਹ ਮੋਰਚਾ ਲਾਉਣ ਵਾਸਤੇ ਜਿਹਦਾ ਅੱਜ ਜ਼ਿਕਰ ਕੀਤਾ ਅਸੀਂ 5 ਤਰੀਕ ਨੂੰ ਵੱਡਾ ਇਕੱਠ ਕਰ ਰਹੇ। ਸਮਝੌਤੇ ਕਿਵੇਂ ਤੋੜੋਗੇ? 40 ਸਾਲ ਤੋਂ ਪੁਰਾਣੇ ਸਮਝੌਤੇ ਨੇ, ਦਰਬਾਰਾ ਸਿੰਘ ਕੇਸ ਵਾਪਸ ਲੈ ਲੈਂਦੇ ਨੇ, ਇਹ ਸਮਝੌਤੇ ਕਿਵੇਂ ਤੋੜ ਲਓਗੇ ਤੁਸੀਂ 40 ਸਾਲ ਪੁਰਾਣੇ ਵਾਲੇ? ਇਹ ਹੁਣ ਉਸ ਤਰ੍ਹਾਂ ਨਹੀਂ ਟੁੱਟਣੇ, ਐਜੀਟੇਸ਼ਨ ਨਾਲ ਟੁੱਟਣਗੇ। ਕਾਨੂੰਨ ਕਿੱਦਾਂ ਵਾਪਸ ਹੋਏ ਸੀ? ਕਾਨੂੰਨ ਕਹਿੰਦੇ ਸੀ ਪਾਰਲੀਮੈਂਟ ਨੇ ਪਾਸ ਕਰਤਾ, ਹੁਣ ਨਹੀਂ ਵਾਪਸ ਹੋ ਸਕਦਾ, ਆਖਰ ਵਾਪਸ ਹੋਇਆ ਨਾ। ਇਸੇ ਤਰ੍ਹਾਂ ਜਦੋਂ ਪੰਜਾਬ ਦੇ ਲੋਕ ਅੰਦੋਲਨ ਕਰਨਗੇ ਤਾਂ ਸੈਂਟਰ ਨੇ ਦੇਖਣਾ ਹੋਏਗਾ ਵੀ ਇਹ ਸਟੇਟ ਨੂੰ ਰੱਖਣਾ ਕਿ ਇਹਨਾਂ ਨੂੰ ਮਾਰ ਦੇਣਾ। ਪੰਜਾਬ ਬੰਜਰ ਹੋ ਜਾਏਗਾ, ਸਾਡੇ ਕੋਲ ਰਿਪੋਰਟਸ ਨੇ। ਔਰ ਇੱਕ ਹੋਰ ਮੈਂ ਬੜਾ ਸਪਸ਼ਟ ਕਰਾਂ, ਜਿਹੜੀਆਂ ਸਟੱਡੀਜ਼ ਹੋਈਆਂ ਨੇ ਉਹ ਭਾਵੇਂ ਕਹਿੰਦੇ ਨੇ ਵੀ 2030 ਤੱਕ ਪੰਜਾਬ ਦਾ ਪਾਣੀ ਖਤਮ ਹੋਣਾ, ਪਰ ਜਿੰਨਾ ਪਾਣੀ ਦਾ ਜਿਹੜਾ ਪਾਣੀ ਧਰਤੀ ਦੇ ਵਿੱਚੋਂ ਖਿੱਚਣ ਦਾ ਜਿੰਨਾ ਡਿਮਾਂਡ ਵਧੀ ਜਾਂਦੀ ਹੈ, ਉਹ ਜਿੰਨਾ ਜ਼ਿਆਦਾ ਵਧੀ ਜਾ ਰਹੀ ਹੈ ਡਿਮਾਂਡ, ਉਹਦੇ ਨਾਲ ਮੈਨੂੰ ਲੱਗਦਾ ਵੀ 4 ਸਾਲ ਤੋਂ ਬਾਅਦ ਪੰਜਾਬ ਵਿੱਚ ਟਿਊਬਵੈੱਲ ਪਾਣੀ ਚੱਕਣਾ ਬੰਦ ਕਰ ਦੇਣਗੇ। ਇੱਕ ਦਿਨ ਕਿਸੇ ਦਾ ਆਰਟੀਕਲ ਵੀ ਛਪਿਆ ਸੀ, ਬੜਾ ਰੈਲੇਵੈਂਟ ਸੀ। ਉਹਨਾਂ ਨੇ ਕਿਹਾ ਸੀਗਾ ਵੀ 5% ਲੋਕਾਂ ਦੀ ਕਪੈਸਿਟੀ ਰਹਿ ਜਾਏਗੀ, ਉਹ ਇੰਨਾ ਡੂੰਘਾ ਬੋਰ ਕਰਾਉਣ ਦੀ, ਇੰਨਾ ਡੂੰਘਾ, ਇੰਨਾ ਮਹਿੰਗਾ ਬੋਰ ਵੀ ਨਹੀਂ ਕਿਸੇ 'ਤੇ ਹੋਣਾ, ਅਤੇ ਪਾਣੀ ਜੇ ਧਰਤੀ ਦੇ ਵਿੱਚ ਮੁੱਕ ਗਿਆ, ਪੀਣ ਨੂੰ ਨਹੀਂ ਮਿਲਣਾ, ਤਾਂ ਇੱਥੇ ਦੇ ਲੋਕਾਂ ਨੇ ਇੱਥੇ ਰਹਿਣਾ ਕਿਵੇਂ? ਦੁਨੀਆ ਵਿੱਚ ਇੱਕ ਕੇਪ ਟਾਊਨ ਡਿਕਲੇਅਰ ਕੀਤਾ ਜਿੱਥੇ ਉਹਨਾਂ ਨੇ ਪਾਣੀ ਨਹੀਂ, ਸਰਕਾਰ ਨੇ ਕਹਿਤਾ ਸਾਡੇ ਹੱਥ ਖੜ੍ਹੇ ਨੇ। ਅਤੇ ਜੇ ਪੰਜਾਬ ਜਿਹਦਾ ਨਾਂ ਹੀ ਪਾਣੀ ਦੇ ਉੱਤੇ ਹੈ, 5 ਆਬ ਹੈ, ਅਤੇ ਜੇ ਪੰਜਾਬ ਵਿੱਚੋਂ ਪਾਣੀ ਮੁੱਕ ਗਿਆ ਤਾਂ ਪੰਜਾਬ ਬੰਜਰ ਹੀ ਨਹੀਂ ਹੋਏਗਾ, ਇੱਥੋਂ ਮਾਈਗ੍ਰੇਸ਼ਨ ਹੋਣੀ ਹੋਏਗੀ ਵੱਡੀ, ਇੱਥੇ ਸਾਰਾ ਕਲਚਰਲ ਡਿਜ਼ਾਸਟਰ ਖੜ੍ਹਾ ਹੋ ਜਾਏਗਾ, ਬਹੁਤ ਕੁਛ ਹੋਏਗਾ। ਅਸੀਂ ਸਾਡੀ ਲੜਾਈ ਇਹ ਹੈ ਵੀ ਕਾਨੂੰਨ ਦੇ ਵਿਰੁੱਧ ਜੋ ਹੋਇਆ ਉਹਨੂੰ ਦਰੁਸਤ ਕਰਨ ਵਿੱਚ ਕੋਈ ਨੁਕਸਾਨ ਨਹੀਂ, ਦਰੁਸਤ ਕਰਨਾ ਚਾਹੀਦਾ। ਜੇ ਹੁਣ ਤੱਕ ਗਲਤ ਫੈਸਲੇ ਹੋਏ ਨੇ, ਦਰਬਾਰਾ ਸਿੰਘ ਨੇ ਪਟੀਸ਼ਨ ਵਾਪਸ ਲੈ ਲਈ, ਜਿਹੜੀ ਨਵੀਂ ਪਟੀਸ਼ਨ ਉਹ 'ਤੇ ਸੁਣਵਾਈ ਕਿਉਂ ਨਹੀਂ ਹੁੰਦੀ? ਧਾਰਾ 78-79 ਦੀ ਸੁਪਰੀਮ ਕੋਰਟ 'ਚ ਮੈਂ ਚੀਫ ਜਸਟਿਸ ਸੁਪਰੀਮ ਕੋਰਟ ਨੂੰ ਚਿੱਠੀ ਲਿਖ ਚੁੱਕਾ। ਇਹ ਹੈ 3 ਜਨਵਰੀ ਨੂੰ ਮੈਂ ਚਿੱਠੀ ਲਿਖ ਚੁੱਕਾ, ਉਹਨੂੰ ਮੈਂ ਕਿਹਾ ਵੀ ਪੰਜਾਬੀਆਂ ਦੀ ਮਾਨਸਿਕਤਾ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਮੈਂ ਸ਼ੁਰੂ ਇੱਥੋਂ ਕੀਤੀ ਵੀ ਪੰਜਾਬੀ ਉਹ ਲੋਕ ਨੇ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਸਭ ਤੋਂ ਵੱਧ ਫਾਂਸੀਆਂ 'ਤੇ ਚੜ੍ਹੇ, ਸਭ ਤੋਂ ਵੱਧ ਕਾਲੇ ਪਾਣੀਆਂ ਦੀ ਸਜ਼ਾ ਕੱਟੀ, 10 ਲੱਖ ਪੰਜਾਬੀ ਮਰੇ, ਉਹਨਾਂ ਦੀਆਂ ਲਾਸ਼ਾਂ ਦੇ ਉੱਤੇ ਇਸ ਦੇਸ਼ ਦੀ ਆਜ਼ਾਦੀ ਖੜ੍ਹੀ ਹੈ। ਇਹ ਉਹ ਪੰਜਾਬੀ ਨੇ ਜਦੋਂ ਇੱਥੇ ਆ ਕੇ ਉੱਜੜੇ ਪੁੱਜੜੇ ਆ ਕੇ ਟਿਕੇ, 62 ਦੀ ਲੜਾਈ ਹੋਈ, ਫਿਰ ਹਿੱਕ ਡਾ ਕੇ ਚੀਨ ਨਾਲੇ ਲੜੇ। ਇਹ ਉਹ ਪੰਜਾਬੀ ਨੇ ਜਿੱਦਣ ਅੰਨ ਸੰਕਟ ਸੀ ਦੇਸ਼ ਦਾ, ਗ੍ਰੀਨ ਰੈਵੋਲਿਊਸ਼ਨ ਦੀ ਸ਼ੁਰੂਆਤ ਕਰਕੇ 3 ਸਾਲਾਂ 'ਚ ਤੁਹਾਨੂੰ ਫੂਡ ਸਰਪਲਸ ਕਰਤਾ ਸੀ, ਪਰ ਜਦੋਂ ਤੁਸੀਂ ਇਹਨਾਂ ਨੂੰ ਛੇੜਦੇ ਹੋ, ਮੈਂ ਉਹਨਾਂ ਨੂੰ ਇਹ ਵੀ ਲਿਖਿਆ ਵੀ ਇਹ ਉਹ ਪੰਜਾਬੀ ਨੇ 62 ਦੀ ਜੰਗ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਕਿਹਾ ਦੇਸ਼ ਗਰੀਬ ਹੈ, ਸਾਡੇ ਕੋਲ ਡਿਫੈਂਸ ਵਾਸਤੇ ਪੈਸਾ ਹੈ ਨਹੀਂ, ਕੰਟਰੀਬਿਊਟ ਕਰੋ। 7 ਕੁਇੰਟਲ 18 ਕਿਲੋ ਸੋਨਾ ਪੰਜਾਬ ਦੇ ਲੋਕਾਂ ਨੇ ਡੋਨੇਟ ਕੀਤਾ ਸੀ, ਬਾਕੀ ਸਾਰੇ ਦੇਸ਼ 'ਚੋਂ 20 ਕਿਲੋ ਸੋਨਾ ਹੋਇਆ ਸੀ, ਜਿਹੜੇ ਕੈਸ਼ ਫੰਡ ਇਕੱਠਾ ਹੋਇਆ ਸੀ ਉਹ 98% ਪੰਜਾਬੀਆਂ ਨੇ ਦਿੱਤਾ ਸੀ। ਅਤੇ ਇਹ ਉਹ ਪੰਜਾਬੀ ਨੇ, ਇਹਨਾਂ ਪੰਜਾਬੀਆਂ ਨੂੰ ਜਦੋਂ ਤੁਸੀਂ ਕਹਿੰਦੇ ਹੋ ਜੇ ਦੇਸ਼ ਸੇਵਾ ਦੀ ਗੱਲ ਹੈ, ਇਹਨਾਂ ਦਾ ਕੋਈ ਸਾਨੀ ਨਹੀਂ। ਜਦ ਤੁਸੀਂ ਇਹਨਾਂ ਨੂੰ
इन्होंने धक्का कर दे ते मेंटली डिस्टर्ब होंदे ने फिर एजिटेशन करते हैं फिर तुसी तरह तरह के इन बोले बोलते हो तो हुण पंजाबियों की जीवन और मरण का सवाल है पानिया के नाल जे पानी ना बचे पंजाब ने नहीं बचना इस करके इहदी लड़ाई होएगी जिन्ने फैसले गलत होए है उन सारे नूं उधेड़ांगे उधेड़ उधेड़ के सरकार के सामने रखांगे सानू दसो जिहड़े फैसले होए किहड़ा जस्टिफाइड है कानून की निगाह नाल संविधान की निगाह नाल किहड़ा फैसला दुरुस्त है सानू वह समझा दो जे अंडर पोलीटिकल प्रैशर तुसीं फैसले किए है तो उन्होंने हुण सोध करो एक जिहड़ी अपने आप नूं गैर राजनीतिक दसदी है एक जिहड़े तुसीं बैठे हो जिहड़े सीधे तौर ते कहा जांदा है राजनीतिक जथेबंदियां ने क्या दोनों जथेबंदियां किसानां दे मसले ते कठियां हो पाणगियां इस संघर्ष नहीं मुख्यमंत्री ने साडे नाल कोई मीटिंग हाले तक की नहीं असीं जो बुलाउणगे असीं जावांगे पर जिहड़ी उन्हां दा सवाल है मतलब बड़ा स्पष्ट करां जिद्दण उह मोर्चा जिहदा तुसीं जिक्र करदे शुरू कीता सी उदों सब तों पहला मेरी जथेबंदी सी जिहने 2017 शुरू कीता ते असीं उह सारे इकट्ठे कीते जदों मोर्चा जित्ते गए उहदे बाद सरकारां दे कोल बड़ा कुछ हुंदा सरकारां ने तोड़िया और मैनूं यकीन है पंजाब दे इस मोर्चे दे खिलाफ कोई खड़ा नहीं हो सकदा पानियां दे मसले ते सब नूं हौली हौली इस पासे आउणा पएगा साडी चिंता है इहदी तुसीं चिंता ना करो मैं कहा जी साडे किसे नाल पिट नहीं चढ़ी हुई सानूं सारे इक्को जी ने जथेबंदियां दी गल करो इंडिविजुअल फैसले अपने असीं फैसला जिहड़ा कीता पिछले साल कीता हुण असीं जथेबंदक तौर ते मोर्चा लड़ांगे जिन्हू लोड होएगी जी आ जाएगा असीं किसे नूं धक्क दे नहीं साडे वल्लों सारिआं लई दरवाजा खुल्ला है वखरे वखरे स्टैंड ते लड़ रहीआं सी जदों समां हालात इशू इहो जिहे हो जांदे ने तां मल्लों मल्ले अटैक्ट होणा पैणा ही पैणा जदों पंजाब दे हितां दी गल आऊगी उदों सारिआं नूं सोचणा पऊगा विचे तुहानूं वी सोचणा पैणा कि पंजाब नूं बचाउणा है जां पंजाब नूं डोबणा अज जिवें तुसीं प्रैस दे राहीं कर रहे हो बहुत वधीआ हो रिहा सो इस तरीके जोड़े सारे लोग है वो जो पंजाब के इशू की गल आऊगी सारे पंजाब लोग सारे आने उन्होंने लोग जोड़े पास जाएंगे उन्होंने स्ट्रैस करके इधर सीधे प्रदेश से लिया जो लोगों तो कट जाए नहीं गल सुनो जी एक गल सुनो जो पानी का मसला ये पानी का मसला कलियां किसान जथेबंदियां का मसला नहीं ये पानी का मसला समाज का मसला वा ये पानी की होंद साड़ी सृष्टि की होंद नाल जुड़ी आ जे पानी है तो सृष्टि आ इस करके इनू असी समाजिक पक्ष तो वेख रहे हैं इहदे च जदों ये मोर्चा लगेगा इहदे च सानू सारे समाज का समर्थन मिलना इहदे च सारे समाज ने शामिल होना वा इस करके जो सारा समाज शामिल होगा ते फिर ये मोर्चा जितया जाऊगा राजा साहब
ਉਹਦੀ ਵਜ੍ਹਾ ਵੀ ਇਹ ਹੋ ਸਕਦੀ ਹੈ ਕਿ ਹੋ ਸਕਦਾ ਉੱਥੇ ਨਹਿਰੀ ਪਾਣੀ ਨਾ ਪਹੁੰਚਦਾ ਹੋਵੇ ਤੇ ਸਾਡਾ ਨੇ ਉਹ ਕਿਉਂ ਲੱਗਾ ਕਿ ਖਾਲੀ ਜਿਹੜੇ ਆ ਉਹ ਸਾਨੂੰ ਰੇਤਾ ਬਣਦੇ ਆ ਉਹਨਾਂ ਨੇ ਆਪਣੀ ਜ਼ਮੀਨ 'ਚ ਹੀ ਲਾ ਦੇ ਉਹ ਕਹਿੰਦੇ ਸਾਡੀ ਹੁਣ ਕੋਸ਼ਿਸ਼ ਹੈ ਕਿ ਉਹ ਖਾਲਿਆਂ ਨੂੰ ਮੁੜ ਬਹਾਲ ਕਰਾਂਗੇ ਪਹਿਲਾਂ ਕੱਚੇ ਕਰਾਂ ਕੱਚਿਆਂ ਨੂੰ ਬਹਾਲ ਕਰਾਂਗੇ ਫਿਰ ਪੱਕੇ ਕਰ ਦਿਆਂਗੇ ਇਸ ਸਕੀਮ ਦੇ ਵਿੱਚ ਉਹ ਕਹਿੰਦੇ ਕਿ ਜਿਹੜਾ ਪੈਸਾ ਕਿਸਾਨਾਂ ਤੋਂ ਲੈਣਾ ਸੀ ਅਸੀਂ ਉਹ ਵੀ ਨਹੀਂ ਲੈਣਾ ਪੰਜਾਬ ਸਰਕਾਰ ਹੀ ਕਰੂਗੀ ਕੀ ਇਸ ਸਕੀਮ ਦੇ ਨਾਲ ਤੁਸੀਂ ਸਹਿਮਤ ਹੋ ਜਾਂ ਕੀ ਕਮੈਂਟ ਕਰੋਗੇ देखो पानी का जदों मसला जे दी बारीकी च जाइए मैं 50 साल पहला अपने खेतों नूं आप पानी लाया जिहड़ा जिहड़ा रजवाहा पानी दिंदा उह तों मेरे खेत घट्टो घट 2-2.5 किलोमीटर दूर ने हुण किते खाले नहीं पिंड लंघ के अगे जाके मेरे खेत आउंदे ने ते किते कोई खाल नज़र नहीं आउंदा और साल विच 10 महीने सारे सूए सारे नहरां जिहड़ियां पंजाब दीआं बंद रहिंदियां ने हवाई गल्लां करना सरकार दी ते अफसरां दी आदत हुंदी है हुण इह सारे पक्के करन लगे ने उहदे नाल सीपेज खत्म होजू इहनां सानूं तां पुछिआ नहीं ब्यूरोक्रेटिक फैसला है या पोलिटिकल फैसला है भई सारे सूए पक्के करने उहनां दी मैनूं लगदा जिस तरह पक्के कर रहे ने उहनां दी कपैसिटी घट जाएगी जिन्ना पाणी उहनां दी लैण दी कपैसिटी उहनूं अद्धा क ना करता किसी सूए नूं जाके देखो जिन्ना उह पहलां चौड़ा सी उह तीजा हिस्सा ही चौड़ा है हुण उहदे च उहना पाणी नहीं फ्लो करना फिर उह किवें सारे खेतां नूं देणा असी एक मुहिम चला रहे हैं सारे पिछली मीटिंग सारे वर्करां नूं कहा सी वी सारे पंजाब च लोकां तों पिंडां चों एप्लीकेशनां दवाओ वी साडे खेतां मैं इन्ने खेतां दा मालक हां मैनूं पाणी दिओ असीं इह कंपेन हुण शुरू कीती है सारे पानी ਲਾਉਣ ਵਾਸਤੇ ਦੇਖਾਂਗੇ ਕਿਵੇਂ ਸਪਲਾਈ ਕਰਦੇ ਆ ਸਾਨੂੰ ਪਾਣੀ ਚਾਹੀਦਾ ਹੈ ਤੁਸੀਂ ਭਗਵਾਨ ਸਾਹਿਬ ਨੂੰ ਚਿੱਠੀ ਲਿਖੀ ਜੀ ਜਿਕਰ ਕੀਤਾ ਇਹ ਦਿੱਲੀ ਦੇ ਵਿੱਚ ਜਿਹਦੇ ਵਿੱਚ ਪੰਜਾਬ ਇਹਦੇ ਨਾਲ ਇੱਕ ਕੰਡੀਸ਼ਨ ਇਹ ਹੈ ਵੀ ਜਿੰਨੇ ਰਜਵਾਹੇ ਪੰਜਾਬ ਦੇ ਵਿੱਚ ਨੇ ਉਹਨਾਂ ਸਾਰਿਆਂ ਜਿੰਨਾ ਐਲੋਕੇਟ ਉਹਨਾਂ ਨੂੰ ਪਾਣੀ ਹੈ ਕਿਸੇ 'ਚ ਨਹੀਂ ਹੁੰਦਾ ਕਿਸੇ 'ਚ ਨਹੀਂ ਹੈ ਜਿਹਨੂੰ ਮਰਜ਼ੀ ਮਿਲ ਲਓ ਤੁਸੀਂ ਜਿੰਨੀ ਉਸਦੀ ਕਪੈਸਿਟੀ ਜਿੰਨਾ ਐਲੋਕੇਟ ਕਿਤੇ ਛੱਡਦਾ ਹੀ ਨਹੀਂ ਉਹਨਾਂ ਵਿੱਚ ਇਸ ਲਈ ਟੇਲ 'ਤੇ ਕਿਸ ਤਰ੍ਹਾਂ ਜਾਊਗਾ ਪਹਿਲਾਂ ਉਹ ਪੂਰਾ ਪਾਣੀ ਦਾ ਛੱਡੋ ਨਾ ਤਾਂ ਹੀ ਜਾਊਗਾ ਅੱਗੇ ਇਹ ਕਹਿਣਾ ਵੀ ਸੀ ਅਸੀਂ ਉੱਥੇ ਤੱਕ ਜਾਇਆ ਸਾਫ਼ ਕੀਤਾ ਇਹ ਸਾਰੀਆਂ ਹਵਾਈ ਗੱਲਾਂ ਸਾਰੀਆਂ ਨਹਿਰਾਂ ਦਾ ਸਾਰੇ ਸੂਹਿਆਂ ਦਾ ਪਹਿਲਾਂ ਪਾਣੀ ਦੀ ਮੈਜਰਮੈਂਟ ਕਰੋ ਐਲੋਕੇਟਡ ਪਾਣੀ ਪੂਰਾ ਛੱਡੋ ਉਹਨਾਂ ਵਿੱਚ 1955 ਵਿੱਚ ਸਾਈਨ ਹੋ ਚੁੱਕੀ ਸੀ ਰਾਜਸਥਾਨ ਨੂੰ ਪਾਣੀ ਜਾਣ ਵਾਸਤੇ ਕਿ ਰੋਇਲਟੀ ਦੀ ਗੱਲ ਕੀਤੀ ਹੈ ਭਗਵੰਤ ਮਾਨ ਤੁਸੀਂ ਦਿੱਲੀ ਕੋ ਲੈਣ ਇਹ ਪੋਲੀਟੀਕਲ ਲੋਕਾਂ ਦੀਆਂ ਗਲਤੀਆਂ ਦੀ ਸਜ਼ਾ ਸੀ ਭੁਗਤ ਰਹੇ ਆ ਜਿਹੜੇ ਜਿਨ੍ਹਾਂ ਦਾ ਰਾਜ ਭਾਗ ਸੀ ਜਦੋਂ 1995 'ਚ 1995 'ਚ ਕਹਿੰਦੇ ਨੇ ਆਖਰੀ ਵਾਰੀ ਪੈਸੇ ਮਿਲੇ ਨੇ ਜਦੋਂ ਪਾਣੀ ਦੇ ਪੈਸੇ ਬੰਦ ਹੋਏ ਸੀ ਬਿੱਲ ਕਿਉਂ ਨਹੀਂ ਭੇਜੇ ਜੀ ਜਿਹੜੇ ਸਰਕਾਰ ਵਾਲੇ ਸੀ ਉਹ ਸੁੱਤੇ ਸੀ ਲੱਖਾਂ ਕਰੋੜ ਦਾ ਹੁਣ ਐਸਟੀਮੇਟਸ ਲੱਗ ਰਹੇ ਨੇ ਵੀ 32 ਲੱਖ ਕਰੋੜ ਦਾ ਪਾਣੀ ਮੁਫਤ ਚਲਾ ਗਿਆ ਰਾਜਸਥਾਨ ਨੂੰ ਅਤੇ 32 ਲੱਖ ਕਰੋੜ ਦੇ ਬਿੱਲ ਤੁਸੀਂ ਕਿਉਂ ਨਹੀਂ ਕਲੇਮ ਭੇਜਿਆ ਉਹਨੂੰ ਰਾਜਸਥਾਨ ਨੂੰ ਇੱਕ ਤਾਂ ਇਹ ਵੀ ਤਾਂ ਗਲਤ ਨੇ ਪੰਜਾਬ 'ਚ ਜਿਹਦੇ ਹੱਥ 'ਚ ਬਟੇਰਾ ਜੇ ਉਹ ਰਾਜ ਭਾਗ ਚਲਾਉਣ ਤੱਕ ਸੀਮਤ ਹੋ ਜਾਂਦਾ ਗੱਲਾਂ ਸੁਣਾ ਕੇ ਲੋਕਾਂ ਨੂੰ ਗੁੰਮਰਾਹ ਕਰਦਾ ਅੱਜ ਸਾਨੂੰ ਨਜ਼ਰ ਆਉਂਦਾ ਪੰਜਾਬ ਦਾ ਭਿੱਖ ਖਤਰੇ 'ਚ ਹੈ ਇਸ ਕਰਕੇ ਪੰਜਾਬ ਦੇ ਪਾਣੀਆਂ ਦੀ ਲੜਾਈ ਲੜਨੀ ਪੈਣੀ ਹੈ ਉਹਦੇ ਲਈ ਅਸੀਂ ਇਹ ਲੜਾਈ ਸ਼ੁਰੂ ਕਰ ਰਹੇ ਹਾਂ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ बदल नजर आऊगा उस वे कमेंट करन दा फायदा अज हवाई गल है हरियाणे वाले कुटे ओदा असी जिहड़ा ऑयल जिहड़ा खाण वाले तेज इंपोर्ट करदे तेल ते सरकार इत्थे खरीदी नहीं है वह हरियाणे वाले किसान कुटे ਮੀਟਿੰਗਾਂ ਸ਼ੁਰੂ ਹੋਣਗੀਆਂ।